ਇਹਨਾਂ ਦੁਆਬਾ 'ਚ ਪਿੰਡ ਵਾਸੀਆਂ ਅਤੇ ਲੇਡੀਜ਼ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਸਦਕਾ ਪਹਿਲੀ ਵਾਰ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪਿੰਡ ਦੇ ਸਰਪੰਚ ਕੁਲਵਿੰਦਰ ਬਾਗਾ ਨੇ ਇਸ ਮੌਕੇ ਸਾਰੇ ਪਿੰਡ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀ ਸੱਭਿਆਚਾਰ ਦੇ ਅਨਮੋਲ ਵਿਰਸੇ ਨੂੰ ਸਾਂਭਣ ਦੀ ਲੋੜ ਹੈ। ਜਲੰਧਰ ਤੋਂ ਪਰਮਜੀਤ ਸਾਬੀ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਜਿਹੜਾ ਆ ਬਹੁਤ ਖੁਸ਼ੀਆਂ ਵਾਲਾ ਆ। ਬੜੀ ਦੇਰ ਬਾਅਦ ਸਾਡੇ ਨਸੀਬਾ ਚ ਹੋਇਆ ਜੀ। ਅੱਜ ਪਿੰਡ ਬਲੀਨਾ ਦੁਆਬਾ ਦੇ ਵਿੱਚ ਸਾਡੇ ਸਰਪੰਚ ਸਾਹਿਬ ਕੁਲਵਿੰਦਰ ਸਿੰਘ ਜੀ ਬਾਘਾ ਉਹਨਾਂ ਦੇ ਉੱਦਮ ਦੇ ਨਾਲ ਇਹ ਜਿਹੜਾ ਬੀਬੀਆਂ ਨੂੰ ਖੁਸ਼ੀ ਦਾ ਮੌਕਾ ਜਿਹੜਾ ਆ ਇਹ ਪ੍ਰਾਪਤ ਹੋਇਆ ਪਿੰਡ ਬਲੀਨਾ ਦੁਆਬਾ ਦੇ ਵਿੱਚ। ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ, ਜੋ ਵੀ ਇਹਨਾਂ ਨੇ ਪਿੰਡ ਦੀਆਂ ਪ੍ਰਾਪਤੀਆਂ ਕੀਤੀਆਂ, ਪਿੰਡ ਨੂੰ ਇੱਥੋਂ ਤੱਕ ਪਹੁੰਚਾਇਆ ਕਿ ਸਾਡੀਆਂ ਬੀਬੀਆਂ ਖੁੱਲ੍ਹੇ ਆਮ ਆ ਕੇ ਆਪਣਾ ਜਿਹੜਾ ਆ ਖੁਸ਼ੀ ਦਾ ਜਿਹੜਾ ਇਜ਼ਹਾਰ ਕਰ ਸਕਣ। ਹਾਂਜੀ, ਬਾਕੀ ਅੱਜ ਜਿਹੜਾ ਤੀਆਂ ਦਾ ਤਿਉਹਾਰ ਆ ਇਹ ਤਾਂ ਸਾਡਾ ਵਿਰਾਸਤੀ ਆ, ਇਹ ਤਾਂ ਅਸੀਂ ਮਨਾਉਣਾ ਹੀ ਮਨਾਉਣਾ, ਚਾਹੇ ਤਾਂ ਸਾਨੂੰ ਕੋਈ ਰੋਕੇ ਚਾਹੇ ਟੋਕੇ ਚਾਹੇ ਜਿੱਦਾਂ ਮਰਜ਼ੀ ਕਰ ਅਸੀਂ ਬੋਲੀਏ। ਅੱਜ ਤੀਆਂ ਦੇ ਤਿਉਹਾਰ ਵਿੱਚ ਬੱਚਿਆਂ ਦਾ ਪ੍ਰੋਗਰਾਮ, ਨਿੱਕੀਆਂ ਦਾ, ਛੋਟੇ ਬੱਚਿਆਂ ਦਾ, ਸਕੂਲੀ ਬੱਚਿਆਂ ਦਾ, ਔਰ ਜਿਹੜੀ ਆਪਣੇ ਪੰਜਾਬੀ ਲੋਕ ਗੀਤ ਸੁਹਾਗ ਇਹਦੇ ਵਿੱਚ ਗਾਏ ਗਏ ਆ ਔਰ ਇਹਦੇ ਵਿੱਚ ਬੋਲੀਆਂ ਪਾਈਆਂ ਗਈਆਂ ਆ ਔਰ ਗਿੱਧਾ ਪਾ ਕੇ ਨੱਚਿਆ ਗਿਆ ਆ। ਹਾਂਜੀ, ਬਾਕੀ ਚਾਹ ਪਾਣੀ ਦਾ ਪ੍ਰੋਗਰਾਮ ਵੀ ਹੈ ਜੋ ਸਾਰੇ ਜਣੇ ਪੀ ਕੇ ਜਾਇਓ। ਹਾਂਜੀ, ਧੰਨਵਾਦ ਜੀ। ਸੱਭਿਆਚਾਰ ਦੇ ਅਮੀਰ ਵਿਰਸੇ ਦੇ ਵਿੱਚੋਂ ਅੱਜ ਤੀਆਂ ਦਾ ਮੇਲਾ ਪਿੰਡ ਬਲੀਨਾ ਦੁਆਬਾ ਵਿੱਚ ਬੜੇ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਵਿੱਚ ਪਿੰਡ ਦੀਆਂ ਮਾਈਆਂ, ਚਾਚੀਆਂ, ਤਾਈਆਂ, ਬੱਚੀਆਂ, ਭੈਣਾਂ ਅਤੇ ਭਰਜਾਈਆਂ ਸਾਰਿਆਂ ਨੇ ਇਸ ਮੇਲੇ ਦਾ ਹਿੱਸਾ ਬਣ ਕੇ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਹੈ, ਉੱਥੇ ਇਹਨਾਂ ਨੇ ਪਿੰਡ ਬਲੀਨਾ ਦੁਆਬਾ ਵਿੱਚ ਸਾਰੀਆਂ ਔਰਤਾਂ ਨੇ ਇਕੱਠੇ ਹੋ ਕੇ ਇਕੱਠ ਦਾ ਜੋ ਹੈ ਸਬੂਤ ਦਿੱਤਾ ਹੈ। ਅਤੇ ਨਾਲ ਹੀ ਮੈਂ ਵਧਾਈ ਦਿੰਦਾ ਹਾਂ ਲੇਡੀਜ਼ ਵੈਲਫੇਅਰ ਸੁਸਾਇਟੀ ਨੂੰ, ਜਿਨ੍ਹਾਂ ਦੇ ਸਦਕਾ ਇਹ ਉੱਤਮ ਉਪਰਾਲਾ ਹੋ ਸਕਿਆ ਹੈ। ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਇਹ ਪਿੰਡ ਬਲੀਨਾ ਦੁਆਬਾ ਦੇ ਵਿੱਚ ਤੀਆਂ ਦਾ ਮੇਲਾ ਜੋ ਹੈ ਇਹ ਪਹਿਲੀ ਵਾਰ ਹੋਇਆ ਹੈ, ਜਿਸ ਵਿੱਚ ਅੱਜ ਸਾਰਿਆਂ ਨੇ ਇੱਕ ਦੂਸਰੇ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਹੈ। ਇਸ ਮੇਲੇ ਦੇ ਵਿੱਚ ਖਾਸੀਅਤ ਸੀ ਗਿੱਧਾ, ਸਿੱਠਣੀਆਂ, ਬੋਲੀਆਂ ਅਤੇ ਹੋਰ ਜੋ ਪੰਜਾਬੀ ਸੱਭਿਆਚਾਰ ਦੇ ਵਿੱਚ ਇਸ ਸਾਉਣ ਦੇ ਮਹੀਨੇ ਤੀਆਂ ਦੇ ਮੇਲੇ ਵਿੱਚ ਹੁੰਦਾ ਹੈ, ਉਹ ਚਾਹੇ ਪੀਂਘਾ ਝੂਟਣਾ ਹੋਣ, ਇਹ ਸਾਰੀਆਂ ਪਰੰਪਰਾਵਾਂ ਅੱਜ ਪਿੰਡ ਬਲੀਨਾ ਦੁਆਬਾ ਵਿੱਚ ਕੀਤੀਆਂ ਗਈਆਂ। ਮੈਂ ਇਸ ਦੇ ਲਈ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਲੇਡੀਜ਼ ਵੈਲਫੇਅਰ ਸੁਸਾਇਟੀ ਵੱਲੋਂ ਇਹੋ ਜਿਹੇ ਪ੍ਰੋਗਰਾਮ ਹਰ ਸਾਲ ਮਨਾਏ ਜਾਣਗੇ, ਤਾਂ ਜੋ ਮਰਦ ਔਰਤ ਦੇ ਵਿੱਚ ਅਸਮਾਨਤਾ ਹੈ ਉਸ ਨੂੰ ਅਸੀਂ ਸਮਾਨ ਕਰ ਸਕਦੇ ਹਾਂ। ਉਹ ਚਾਹੇ ਵੂਮੈਨਸ ਡੇ ਹੋਵੇ, ਚਾਹੇ ਇਹੋ ਜਿਹਾ ਤੀਆਂ ਦਾ ਮੇਲਾ ਹੋਵੇ, ਇਹੋ ਜਿਹਾ ਪ੍ਰੋਗਰਾਮ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਮਰਦ ਅਤੇ ਔਰਤ ਦੇ ਵਿੱਚ ਸਮਾਨਤਾ ਆ ਸਕੇ। ਮੈਂ ਇੱਕ ਵਾਰੀ ਫਿਰ ਸਾਰੇ ਪਿੰਡ ਵਾਸੀਆਂ ਨੂੰ ਅਤੇ ਸਾਰੀਆਂ ਪਿੰਡ ਦੀਆਂ ਔਰਤਾਂ ਨੂੰ ਵਧਾਈ ਦਿੰਦਾ ਹਾਂ ਕਿ ਅੱਜ ਜੋ ਤੀਆਂ ਦਾ ਮੇਲਾ ਬਹੁਤ ਵਧੀਆ ਤਰੀਕੇ ਨਾਲ ਅਤੇ ਸੁੱਖ ਸਵੇਲੀ ਨੇਪਰੇ ਚੜ੍ਹ ਗਿਆ ਹੈ। ਧੰਨਵਾਦ ਜੀ।